पांच मिनट पहला तो इतने बैठा सी, हुणी मैं देखा जी। पता नहीं पतंदर का किहो जिहा दिमाग है, माड़ा जिहा कोई सद ले उदी उड जू। ऐ नहीं भी मैं पूरे कख वढ के लै जा, समझ नहीं आउंदी इहदा की बणू यार। दस मिनट पहला तो मैं देखा जी, पता नहीं किधर भाग गया यार। भाई भाग गया हुआ वरिंदर वर्गिया को, मैं बाकी वरिंदर वर्गिया भी बारी कहा जो आपके भरा का नहीं बनता भी ये बंद ना रलिया करो। ओ भाई साडा केड़ा कोई फर्क है, नाले भरा नाल बनने वाली तो गल ही कोई नहीं, वो तो पता नहीं दिमाग से की पड़ता पिया। भाई तू तो चंगा है पर वो तेरा नहीं बनता, तीन किलियां दी पूनियां बट भी दित्तियां ने। भाई बहुत दुख होंदा जो तेरे वर्गे भाई तो यह जी गल सुनदे आ, की पापड़ वेले से जमीन बनाउण वास्ते। भाई जे तो उन्हें बनाई होंगी फिर तो उन्होंने कोई दुख होंदा, बनी बनाई तो हरेक मल मार लैंदा। ठीक है भाई दूजी गल, तो रखी भी नहीं गई। भाई मल वाली तो किहड़ी गल है, वह हिस्सा बनता सी वह देने ही सी। मैनू दुख तो कुड़ी का मारद भी वह विह कि हो। भाई वह कि करू डोले, वह तो सारा दिन दारू का डक्के रहा। भाई छे गलों कुड़ी का विह होए बिना तो नहीं रहा। चंगा कर दें भाई कम। वो बड़े सियाने असी तेरी कबीलदारी तो की लेने। ठीक है तेरे तेरे भरा दे दो किले रहते असं तो वह भी बकाने, सानू भी हैप्पी ना जाने। देख ल हद हो पी है, सारा पता है मैनू साडा घर पट्टन चीदा कि हथ है। ये तो कमले जिहदा दिमाग फिरिया सी जिहड़ा इह जी गल करती, सोडे वर्गे लोगों तो गल्लां करवाउणियां सी। चल कोई नहीं आ लो जी चाह पी लो। ओ चाह तां रहण दे यार, लस्सी लिया सिर बहुत दुखी जांदा मेरा। चाह पी लो ठंड है नाले, लस्सी नूं तां तुसीं आए कहिंदे जिवें 16 साल दे गभरू हुंदे, 20-20 साल दे तां जवाक हो गए, रोज़ आ के लस्सी पीणी है। जे रात नूं दारू ना पीओ तड़के नूं चाह बथेरी सवाद लगदी है। लै फड़ चाह पी लो। ਉਹ ਮੈਂ ਨਹੀਂ ਚਾਹ ਪੀਣੀ ਹੈਗੀ, ਜਵਾਨ ਨਾਲ ਲੜਾ ਮੇਰੇ ਨਾਲ, ਇੱਕ ਤਾਂ ਸਿਰ ਬਹੁਤ ਦੁਖੀ ਹੁੰਦਾ, ਇੱਕ ਤੂੰ ਲਹੂ ਪੀਣ ਲੱਗ ਗਿਆ ਨਹੀਂ ਆ ਕੇ। ਮੈਂ ਤਾਂ ਆਪ ਹੀ ਲਹੂ ਪੀਨੀ ਆ, ਚਾਹ ਦੀ ਘੁੱਟ ਦਿੰਦੀ ਸੀ ਤਾਂ ਵੀ ਪੂਰੀ ਹੋ ਗਈ। ਮੈਂ ਤਾਂ ਉਹ ਚਾਹ ਚੂ ਨਹੀਂ ਪੀਂਦਾ ਹੈਗਾ, ਮੈਂ ਚਾਹ ਨਹੀਂ ਪੀਂਦਾ ਇਹ, ਨਾਲੇ ਹੁਣ ਘਟਾ ਦਿਓ ਦਾਰੂ ਅੱਗੇ ਨਾਲੋਂ। ਉਹ ਕਿੰਨੀ ਕੁ ਤਾਂ ਪੀਂਦਾ, ਸ਼ਾਮ ਨੂੰ ਹੀ ਪੀਂਦਾ ਆਖੇ, ਘਟਾ ਦੇ ਦਾਰੂ ਦੱਸ। ਮੈਂ ਕੀ ਸਾਰਾ ਦਿਨ ਪੀਂਦਾ ਰਹਿੰਦਾ ਅੱਗੇ, ਸਾਰਾ ਦਿਨ ਪੀਂਦਾ ਰਹਿਣਾ। ਹੁਣ ਤਾਂ ਆਂਢੀ ਗੁਆਂਢੀ ਸਾਰੀਆਂ ਮੈਨੂੰ ਵੀ ਉਹ ਕਹਿਣ ਲੱਗ ਗਈਆਂ, ਅੱਗੇ ਮੈਨੂੰ ਝਾਂਜਣ ਵਾਲੀ ਕਹਿੰਦੀਆਂ ਸੀ, ਹੁਣ ਸ਼ਰਾਬੀ ਦੇ ਘਰ ਵਾਲੀਆਂ ਕਹਿੰਦੀਆਂ। ਸ਼ਰਮ ਆਉਂਦੀ ਹੈ ਮੈਨੂੰ ਵੀ ਸੁਣਦੀ ਨੂੰ। ਵਾਹ ਤੈਨੂੰ ਤਾਂ ਸ਼ਰਮ ਆਉਂਦੀ ਹੈ, ਤੂੰ ਲੈ ਕੇ ਕੀ ਆਈ ਜਿਹੜੀ ਤੈਨੂੰ ਸ਼ਰਮ ਆਉਣ ਲੱਗ ਗਈ। ਬੂ ਮੈਂ ਮਰ ਜਾਂ, ਤੈਨੂੰ ਸ਼ਰਮ ਨਹੀਂ ਆਉਂਦੀ ਮੈਨੂੰ ਮਿਹੜਾ ਦਿੰਦੇ ਨੂੰ ਅੱਗੇ ਲੈ। ਆ ਮਿਹੜਾ ਦਿੰਦੇ ਪੈਸੇ ਲਾ ਕੇ ਲਿਆਇਆ ਤੈਨੂੰ ਮੈਂ, ਪੈਸੇ ਲਾ ਕੇ ਲਿਆਇਆ ਉਦੋਂ ਵੀ ਤੈਨੂੰ ਮੈਂ ਦੱਸਿਆ ਸੀ ਸਾਰੇ ਟੱਬਰ ਨੂੰ ਵੀ ਦਹੀਂ ਪੈਸੇ ਲੈਤੇ, ਜੇ ਮੇਰਾ ਪਿਓ ਸ਼ਰਾਬੀ ਸੀਗਾ ਤੇ ਤਾਂ ਮੈਨੂੰ ਵਿਆਹ ਸੀ, ਵਿਆਹ ਤੇ ਖਰਚ ਕੀਤਾ ਸੀ, ਅੱਜ ਮੈਨੂੰ ਫੇਰ ਇਹ ਗੱਲ ਸੁਣਾਤੀ। ਮੈਂ ਤਾਂ ਕਹਿੰਦੀ ਆ ਪੀੜੀ ਚੱਲ ਪਈ, ਮੈਂ ਤਾਂ ਸੀ ਮੁੱਕ ਗਿਆ ਕੰਮ, ਮੇਰੇ ਪਿਓ ਨੇ ਮੇਰਾ ਤਾਂ ਬਾਹਾ ਵੱਢਿਆ ਸੀ, ਮੇਰੀ ਧੀ ਮੂਹਰੇ ਵੀ ਉਹੀ ਦਿਨ ਆ ਜਾਣਗੇ, ਮੈਨੂੰ ਤਾਂ ਲੱਗਦਾ ਉਹੀ ਦਿਨ ਮੇਰੀ ਧੀ ਨੂੰ ਦੇਖਣੇ ਪੈਣਗੇ, ਲੈ ਕੇ ਫੇਰ ਵਿਆਹਣੀ ਪਊ। ਮੇਰੇ ਮੂਹਰੇ ਆ ਲੈਕਚਰ ਨੇ ਨਾ ਦਿਆ ਕਰ, ਐਵੇਂ ਗੁੱਤਨੀ ਥੱਲੇ ਖਾ ਲੇਗੀ ਮੈਥੋਂ। ਅਗੇ ਗੁੱਤਨੀ ਥੱਲੇ ਖਾ ਲੇਗੀ, ਉਦੋਂ ਮੈਨੂੰ ਕਹਿੰਦਾ ਹੁੰਦਾ ਸੀ ਕੰਮ ਨਾ ਕਰੀ ਭਾਬੀ ਕਰ ਲੂਗੀ ਕੰਮ, ਅੱਜ ਸ਼ਰਮ ਨਹੀਂ ਆਉਂਦੀ ਮੇਰੇ ਗੁੱਤਨੀ ਤੇ ਮਾਰਦੇ ਨੂੰ, ਹੁਣ ਤਾਂ ਮੇਰੀ ਉਮਰ ਹੋ ਗਈ ਨਾ ਕੰਮ ਕਰਨ ਦੀ। ਕੰਮ ਕਰਨ ਦੀ ਹੋਰ, ਨਾਲੇ ਨਾਲੇ ਮੇਰੀ ਗੱਲ ਸੁਣ। ਹਾਂ ਦੱਸੋ। ਉਹ ਮੈਨੂੰ ਨਾ ਮੱਗਰ ਕੇ ਮੁੰਡਾ ਟੱਕਰਿਆ ਸੀ, ਹੁਣੇ 10 ਪਾਈ ਸੀ ਰਿਸ਼ਤੇ ਦੀ ਗੌਰੀ ਦੇ ਵਾਸਤੇ। ਠੀਕ ਹੈ ਹੁਣ ਗੌਰੀ ਵੀ +2 ਕਰ ਚੁੱਕੀ ਹੈ ਤੇ ਮੁੰਡਾ ਸਰਕਾਰੀ ਨੌਕਰੀ ਲੱਗਿਆ ਹੋਇਆ, ਨਾਲੇ ਚੰਗੀ ਪੈਲੀ ਆਉਂਦੀ ਹੈ, ਮੈਂ ਰਿਸ਼ਤਾ ਕਰੂੰ ਉੱਥੇ। ਰਿਸ਼ਤਾ ਤਾਂ ਤੁਸੀਂ ਕਰ ਦਿਓ, ਚੱਲ ਚੰਗੀ ਗੱਲ ਹੈ ਵੀ ਕੁੜੀ ਬਾਰੇ ਸੋਚਿਆ, ਹਜੇ ਉਹਦੀ ਉਮਰ ਕੀ ਹੋਈ ਹੈ ਰਿਸ਼ਤੇ ਨੂੰ, 2 ਸਾਲ ਹਜੇ ਹੋਰ ਨਹੀਂ ਕਰ ਦੇਗੇ। ਉਹ ਤੈਥੋਂ ਮੈਂ ਸਲਾਹ ਨਹੀਂ ਲਿੱਤੀ, ਤੈਨੂੰ ਦੱਸਣ ਲੱਗਿਆ ਕਰੂੰਗਾ ਤਾਂ ਮੈਂ ਆਪਦੀ ਮਰਜ਼ੀ। ਓਕੇ 2 ਸਾਲ ਖੜ ਜਾਓ, ਮੈਂ ਕਰਨਾ ਤਾਂ ਬਸ ਕਰਨਾ ਹੀ ਉਹਦੇ ਨਾਲ। ਕਰਨਾ ਤਾਂ ਕਿ ਕਰਨਾ ਹੀ ਆ, ਕੋਈ ਗੱਲ ਨਹੀਂ ਫਿਰ ਬਾਈ ਨਾਲ ਰਾਏ ਕਰ ਲਈ, ਉਹ ਤਾਂ ਨਹੀਂ ਬੋਲਦਾ ਮੈਨੂੰ ਪਤਾ ਹੀ ਆ, ਤੇਰਾ ਵਿਆਹ ਵਾਸਤੇ ਤਾਂ ਕਰ ਲਾ ਉਹਨਾਂ ਨਾਲ ਰਾਏ ਵਾੜੀ। ਬਾਈ ਨਾਲ ਕਿਉਂ ਰਿਹਾ ਕਰਨਾ, ਬਾਈ ਤੇਰੀ ਨਾਲ ਮੈਂ ਨਹੀਂ ਸਲਾਹ ਕਰਦਾ, ਉਹ ਕੌਣ ਹੁੰਦਾ ਮੈਨੂੰ ਸਲਾਹ ਦੇਣ ਵਾਲਾ, ਮੇਰੀ ਕੁੜੀ ਆ, ਚਾਹੇ ਮੈਂ ਉਹਨੂੰ ਖੂਹ 'ਚ ਸਿੱਟਦਾ। ਅੱਗੇ ਖੂਹ 'ਚ ਸਿੱਟ ਦਾਂਗਾ, ਜੇ ਉਹ ਵੱਡੇ ਆ ਤਾਂ ਹੀ ਕਹਿੰਦੀ ਉਹਨਾਂ ਨਾਲ ਰਾਏ ਕਰ ਲਓ, ਆਪਦੇ ਵਾਂਗੂ ਖੂਹ 'ਚ ਧੱਕਾ ਦੇ ਕੇ ਆ ਜਾਏਗਾ, ਮੈਂ ਤਾਂ ਤੈਨੂੰ ਤਾਂ ਕਹਿੰਦੀ ਹੈਗੀ ਉਹ ਵੱਡਾ ਗਾ ਚੱਜ ਦੀ ਸਲਾਹ ਹੀ ਦੇਊਗਾ ਕੋਈ। ਦਊਗਾ ਸਲਾਹ ਉਹ, ਭਾਨੀ ਦਾ ਭਾਂਦੀ ਮਾਰਦੇ ਡੀਸੀ ਲੱਗਿਆ ਮੈਨੂੰ ਸਲਾਹਾਂ ਦੇਊਗਾ ਉਹ। ਓਕੇ ਭਾਨੀ ਮਾਰਦੇ, ਬੇ ਤੇਰਾ ਘਰ ਵੀ ਉਸੇ ਨਹੀਂ ਬਣਿਆ ਸੀ, ਜੇ ਉਹ ਭਾਨੀ ਮਾਰਨ ਹੁੰਦੇ ਤੇਰਾ ਘਰ ਕਾਹਤੋਂ ਬਣਦੇ ਉਹ। ਉਹ ਗੱਲਾਂ ਨਾ ਕਰ, ਮੇਰੇ ਪੈਸੇ ਲੱਗੇ ਸੀ ਤੈਨੂੰ ਲਿਆਉਣ ਵਾਸਤੇ, ਮੁੱਲ ਖਰੀਦ ਕੇ ਲਿਆ ਸੀ ਤੈਨੂੰ ਮੈਂ ਨਾਲੇ। ਚੰਗਾ ਚੰਗਾ ਮੈਨੂੰ ਵਾਰੀ ਵਾਰੀ ਨਾ ਕਹਿ, ਨਾਲੇ ਮੇਰੀ ਗੱਲ ਸੁਣ ਲੈ, ਉਹਨਾਂ ਦੇ ਘਰੇ ਜਾ ਕੇ ਰਿਸ਼ਤੇ ਦੀ ਗੱਲ ਨਾ ਕਰੀ, ਨਹੀਂ ਲੱਤਾਂ ਵੱਢ ਦੂੰਗਾ।
ਵੜ ਦੂਗਾ ਇਹ ਲੱਤਾ ਕੋਈ ਗੱਲ ਨਹੀਂ ਮੇਰੇ ਤਾਂ ਟੂਈ ਦੁਖਦੀ ਹੈ ਮੈਂ ਤਾਂ ਉਹਦੇ ਕੋਲ ਵਿਚਾਰੀ ਕੋਲੇ ਤਾਂ ਹੋ ਜਾਂਦੀ ਹੈ ਮੇਰਾ ਭਲਾ ਹੀ ਕਰਦੀ ਉਹ ਟੂਈ ਦੁਖਦੀ ਆ ਹੁਣੇ ਨਾ ਤੈਨੂੰ ਮੈਂ ਮੇਥੇ ਰਲਾ ਕੇ ਦੇਦਾ ਇਥੋਂ ਮੇਥੇ ਰਲਾ ਦੇ ਨਾਲੇ ਹੋਰ ਦੀਦੀ ਤੇਰੀ ਵਜ੍ਹਾ ਮੈਨੂੰ ਮੇਥੇ ਵਾਲੇ ਤੂੰ ਆਪ ਹੀ ਰੋਟੀ ਟਾਈਮ ਨਾਲ ਖਾ ਲੈ ਉਹ ਇੱਕ ਦਾਰੂ ਪੀਣੀ ਆਉਂਦੀ ਹੈ ਟਾਈਮ ਨਾਲ ਹੋਰ ਤਾਂ ਕੋਈ ਚੱਜ ਦਾ ਕੰਮ ਕਰਨਾ ਨਹੀਂ ਆਉਂਦਾਗਾ ਮੈਂ ਤਾਂ ਇਹੀ ਦਾਰੂ ਪੀਊਂਗਾ ਨਾਲੇ ਮੇਰਾ ਦਿਮਾਗ ਨਾ ਖਰਾਬ ਕਰ ਮੈਂ ਉਹਨਾਂ ਨੂੰ ਫੋਨ ਕਰਦਾ ਉਹ ਘਰੇ ਆਉਣਗੇ ਫਿਰ ਕਰ ਲੈ ਜਿਹਨੂੰ ਫੋਨ ਮਰਜ਼ੀ ਕਰ ਲੈ ਮੈਂ ਤਾਂ ਇਸੇ ਘੁੱਟ ਚਾਹ ਚੁਲਸਰੇਗਾ ਕੋਲੇ ਬਹਿ ਕੇ ਮੈਂ ਪੀਣੂ ਉਹ ਵਗ ਜਾ ਵਗ ਜਾ ਵਗ ਜਾ ਵਗ ਜਾ ਹੈਲੋ ਕਿਹੜਾ ਵੇਲਾ ਹੋ ਗਿਆ ਲੈ ਆਏ ਨਹੀਂ ਖੇਤੋਂ ਕਦੋਂ ਨਾ ਗਿਆ ਤੂੰ ਕਿਵੇਂ ਆ ਗਈ ਮੈਂ ਬਸ ਉਹਦੇ ਹਰਦੀਪ ਬਾਹਰ ਨੂੰ ਵਗ ਗਿਆ ਇੱਕੋ ਜਣਾ ਨੇ ਉਹਨਾਂ ਨੇ ਫੋਨ ਕਰਨੇ ਹੁੰਦੇ ਆਪਣੇ ਪਿੰਡ 'ਚ ਉਹੀ ਜਿਹੜੇ ਤੂੰ ਕਹਿੰਦੀ ਸੀ ਵਰਿੰਦਰ ਅਰਗੇ ਆ ਗਏ ਨਹੀਂ ਲਹੂ ਵੀ ਰੱਖਿਆ ਪੁੱਛਣਾ ਮੈਨੂੰ ਤਾਂ ਹੀ ਲੱਗਦਾ ਵੀ ਸਭ ਤੋਂ ਵੱਧ ਹੱਥ ਉਹਨਾਂ ਦੇ ਹੀ ਆਪਾਂ ਨੂੰ ਅੱਡ ਕਰਨ 'ਚ ਹੱਥ ਤਾਂ ਜਿਹੜਾ ਹੋਊਗਾ ਆਪਾਂ ਕੀ ਲੈਣਾ ਦੀਦੀ ਚੱਲ ਆਪਣੇ ਮਨ ਤਾਂ ਨਹੀਂ ਦੂਰ ਅੱਡ ਤਾਂ ਜਿਹੜਾ ਹੋਣਾ ਸੀ ਹੋ ਗਏ ਉਹ ਤਾਂ ਚੱਲ ਕੋਈ ਗੱਲ ਨਹੀਂ ਫਿਰ ਤੂੰ ਕਿਉਂ ਖਿਜੀ ਬੈਠੀ ਐਂ ਦੱਸ ਖਿਜੀ ਕੀ ਬੈਠੀ ਹੈਗੀ ਨਾਲੇ ਤਾਂ ਮੈਨੂੰ ਬੋਲਕ ਬੋਲ ਬੋਲਦਾ ਕਿਤੇ ਪਿਓ ਨੇ ਵੇਚੀ ਸੀ ਉਹੀ ਗੱਲ ਦਾ ਮੇਰੇ ਮਾਰ ਲੱਗ ਗਿਆ ਹੁਣ ਉਹਨੂੰ ਸ਼ਰਮ ਨਹੀਂ ਆਉਂਦੀ 20-20 ਸਾਲਾਂ ਜਵਾਕ ਹੋ ਗਿਆ ਹੁਣ ਮੇਰੇ ਮਾਰ ਲੱਗ ਗਿਆ ਮੈਨੂੰ ਚੱਲ ਕੋਈ ਨਹੀਂ ਫਿਰ ਹੁਣ ਉਹਦੀ ਆਦਤ ਨੂੰ ਕੀ ਬਦਲੀਏ ਜੇ ਹੁਣ ਅਸੀਂ ਬੋਲਦੇ ਹਾਂ ਤੈਨੂੰ ਪਤਾ ਫਿਰ ਸਾਨੂੰ ਲੱਗ ਜੂ ਤੜਕਣ ਕੀ ਕਰੀਏ ਭੈਣੇ ਅਸੀਂ ਤਾਂ ਚੁੱਪ ਹੀ ਰਹਿਣੇ ਹਾਂਗੇ ਚੁੱਪ ਤਾਂ ਚੱਲ ਵਧੀਆ ਦੀਦੀ ਸਿਆਣੇ ਹੋ ਜਿਹੜੇ ਤੁਸੀਂ ਚੁੱਪ ਕਰ ਜਾਂਦੇ ਹੁਣ ਸਾਰਾ ਟੱਬਰ ਉਹਦੇ ਵਰਗਾ ਹੋ ਗਿਆ ਫਿਰ ਤਾਂ ਆਪਾਂ ਵਰਤੀ ਖੜੇ ਹਾਂ ਸਹੀ ਗੱਲ ਆ ਵਰਤੀ ਖੜੇ ਹਾਂ ਉਹ ਤੋਂ ਕੀ ਲੈਣਾ ਗਾ ਆਪਾਂ ਜੇ ਤੈਨੂੰ ਪਤਾ ਹੈਗਾ ਤੈਨੂੰ ਅਸੀਂ ਕਹਿੰਦੇ ਨਹੀਂ ਜਦੋਂ ਕਿਸੇ ਚੀਜ਼ ਹੁੰਦੀ ਹੈ ਚੀਜ਼ ਦੀ ਲੋੜ ਆ ਤਾਂ ਦੱਸ ਕੋਈ ਵੀ ਗੱਲ ਆ ਤਾਂ ਦੱਸ ਹੋਰ ਦੱਸ ਕੀ ਹੁੰਦਾ ਨਾ ਦੀਦੀ ਅੱਜ ਨਹੀਂ ਮੈਂ ਨਾ ਪੈਸੇ ਕੋਈ ਲੈਣਾ ਹੀ ਆ ਤੇ ਨਾ ਹੀ ਮੈਂ ਕੋਈ ਚੀਜ਼ ਲੈਣਾ ਹੀ ਅੱਜ ਤਾਂ ਮੈਂ ਆਪਦਾ ਮਨ ਹੌਲਾ ਕਰਨ ਆਈ ਆ ਅੱਛਾ ਚੰਗਾ ਤਾਂ ਰੋਲਾ ਮਨ ਹੌਲਾ ਕਰਨ ਆਈ ਆ ਜੀ ਹੋਰ ਰੋਂਦੀ ਨਹੀਂ ਮੈਂ ਪਹਿਲਾਂ ਤੈਨੂੰ ਐ ਦੱਸ ਦੇ ਦੇ ਮੇਰੀ ਕੁੜੀ ਦੇ ਰਸਤੇ ਬਾਰੇ ਆਪ ਹੀ ਸਲਾਹ ਕਰੀ ਬੇਟਾ ਕੱਲਾ ਜਿਹੜਾ ਕਹਿੰਦਾ ਰਸਤਾ ਕਰੋ ਰਸਤਾ ਕਰੂਗਾ ਚੱਲ ਫਿਰ ਰੋਣ ਵਾਲੀ ਕਿਹੜੀ ਗੱਲ ਹੈ ਕੋਈ ਗੱਲ ਨਹੀਂ ਤੂੰ ਰੋਂਦੀ ਕਾਹਤੋਂ ਆ ਕੋਈ ਨਹੀਂ ਜੇ ਰਿਸ਼ਤਾ ਕਰਦਾਗਾ ਆਪਾਂ ਦੇਖ ਕੀ ਕਰਾਂਗੇ ਰਿਸ਼ਤਾ ਤਾਂ ਕੰਮ ਲਈਏ ਘਰ ਬਾਰ ਦੇਖ ਕੇ ਕੋਈ ਨਹੀਂ ਚੱਲ ਉਮਰ ਹੋਈ ਪਈ ਹੈਗੀ ਕੁੜੀ ਨੂੰ ਤਾਂ ਚੱਲ ਵਿਆਹਣਾ ਹੀ ਆ ਪਲੱਸ ਟੂ ਕਰ ਲਈ ਕੋਈ ਨਹੀਂ ਚੱਲ ਹੋ ਜੂ ਕੁੜੀ ਦਾ ਰਿਸ਼ਤਾ ਵਿਆਹਣਾ ਕੀ ਹੈ ਦੀਦੀ ਆਪਦੇ ਕੋਲੇ ਤਾਂ 2 ਕਿੱਲੇ ਜ਼ਮੀਨ ਦੇ ਰਹਿ ਗਏ ਮੈਂ ਟਾਈਮ ਨਹੀਂ ਪਤਾ ਇਹਦੇ ਵਿੱਚੋਂ ਵੀ ਕਨਾਲ ਚੱਕਤੀ ਹੋਵੇ ਤਾਂ ਬਾਰ ਬਾਰ ਉਦੋਂ ਪਤਾ ਲੱਗੂਗਾ ਜੋ ਜਵਾਕੜੀ ਦਾ ਕੋਈ ਕਾਰਜ ਵਿਹਾਰ ਧਰ ਲਿਆ ਦੇਣ ਨੂੰ ਕੁਛ ਹੋਇਆ ਨਹੀਂ ਉਦੋਂ ਪਤਾ ਲੱਗੂ ਵੀ ਹੁਣ ਕੀ ਬਣਦਾ ਐਂ ਸੋਚਦੀ ਹਾਂ ਮੈਂ ਉਹ ਕਾਹਨੂੰ ਚਿੰਤਾ ਕਰਦੀ ਹਾਂ ਕੋਈ ਨਹੀਂ ਐਡਾ ਕਮਲਾ ਤਾਂ ਨਹੀਂ ਉਹ ਵੀ ਕੁੜੀ ਦਾ ਵਿਆਹ ਨਹੀਂ ਕਰੂਗਾ ਬਾਕੀ ਫਿਰ ਅਸੀਂ ਕਿਹੜਾ ਮਰ ਗਏ ਕੁੜੇ ਅਸੀਂ ਹੈ ਨਹੀਂ ਕਿ ਕੁੜੀ ਵਾਸਤੇ ਐਂ ਨਾ ਚਿੰਤਾ ਕਰ ਕੋਈ ਨਹੀਂ ਨਾਲੇ ਦੇਖ ਕੀ ਕਰਾਂਗੇ ਆਪਾਂ ਕੁੜੀ ਦਾ ਰਿਸ਼ਤਾ ਕੁੜੀ ਦੇ ਰਿਸ਼ਤੇ ਬਾਰੇ ਤਾਂ ਆਪਦੇ ਭਰਾ ਨੂੰ ਕਹੂਗੀ ਵੀ ਵੀਰੇ ਮੇਰੇ ਨਾਲ ਚੱਲ ਰਿਸ਼ਤਾ ਦੇਖ ਕੇ ਆ ਲੈ ਮੇਰੇ ਮੂੰਹ ਦੀ ਗੱਲ ਖੋਲੀ ਤੂੰ ਆਹੀ ਗੱਲ ਆਹੀ ਤਾਂ ਦੁੱਖ ਮਾਰਦਾ ਮੈਂ ਕਿਹਾ ਬਾਈ ਅਰਗਣਾ ਰਾਇ ਕਰ ਲਾ ਕਹਿੰਦਾ ਮੈਂ ਨਹੀਂ ਰਾਇ ਕਰਦਾ ਮੈਂ ਤਾਂ ਇਕੱਲਾ ਹੀ ਪ੍ਰਧਾਨ ਚੰਗਾ ਲਾ ਆਪਦੇ ਵੱਡਿਆਂ ਨਾਲ ਸਲਾਹ ਨਹੀਂ ਕਰਦੇ ਹੁੰਦੇ ਜਦ ਤੁਸੀਂ ਬਗਾਨੇ ਹੋਗੇ ਨੋਹਾਣਾ ਮਾਸ ਕਦੇ ਵੱਖ ਹੋਇਆਗਾ ਜਮਾ ਨਹੀਂ ਸਲਾਹ ਕਰਦਾ ਕਹਿੰਦਾ ਉਧਰ ਭਾਪ ਵੀ ਨਾ ਕੱਢੀ ਗੱਲ ਦੇ ਐਂ ਦੁੱਖ ਹੋ ਗਿਆ ਮੈਨੂੰ ਚੱਲ ਤੂੰ ਰੋ ਨਾ ਕੋਈ ਗੱਲ ਨਹੀਂ ਰਿਸ਼ਤਾ ਦੇਖ ਆਉਣ ਦੇ ਉਹਨੂੰ ਪਤਾ ਲੱਗ ਜੂਗਾ ਸਾਰਾ ਕੁਝ ਤੈਨੂੰ ਪਤਾ ਹੀ ਲੱਗੂ ਨਾ ਵੀ ਕਿੱਥੇ ਆ ਕਿਵੇਂ ਆ ਮੁੰਡੇ ਵਾਲੇ ਸਾਰਾ ਕੁਝ ਅਸੀਂ ਆਪੀ ਪਤਾ ਕਰ ਲਾਂਗੇ ਤੂੰ ਚਿੰਤਾ ਨਾ ਕਰ ਉਹਨੂੰ ਦੇਖਣ ਦੇ ਪਿੰਡ 'ਚੋਂ ਜਿਹੜਾ ਬੰਦਾ ਕਰਾਉਂਦਾਗਾ ਆਊਗਾ ਪਤਾ ਲੱਗ ਜੂ ਵੀ ਕੌਣ ਕਰਾਉਂਦੇ ਆ ਆਪੀ ਤੇਰਾ ਵੀਰਾ ਪੁੱਛ ਪੜਤਾਲ ਕਰ ਲੂਗਾ ਕੋਈ ਗੱਲ ਨਹੀਂ ਤੂੰ ਕੁੜੀ ਦੀ ਚਿੰਤਾ ਨਾ ਕਰ ਚੱਲ ਤੁਹਾਡੇ ਹੁੰਦੇ ਮੈਨੂੰ ਚਿੰਤਾ ਤਾਂ ਹੈ ਨਹੀਂ ਗੀ ਬਾਈ ਵੀ ਪਤਾ ਕਰ ਲੂਗਾ ਜਿਹੜੇ ਕੰਜਰ ਨੇ ਨਾ ਬਣਨ ਦਿੱਤਾ ਬਾਈ ਨੂੰ ਫਿਰ ਕਿਹੜੇ ਮੂੰਹ ਨਾਲ ਮੈਂ ਇੱਧਰ ਆਉਂਗੀ ਕੀ ਕਰੂੰਗੀ ਖਬਰ ਕੀ ਲੈ ਕੇ ਬਹਿ ਜੇ ਲੜਾਈ ਝਗੜਾ ਜਦੋਂ ਉਹਨੇ ਮੈਨੂੰ ਗੱਲ ਕਰਨ ਨੂੰ ਹੀ ਮਨਾ ਕੀਤਾ ਕੋਈ ਨਹੀਂ ਜਦੋਂ ਹੁਣ ਉਹਨੂੰ ਆਇਆ ਹੈਗਾ ਵੀ ਰਿਸ਼ਤੇ ਤੋਂ ਪਹਿਲਾਂ ਗੱਲ ਨਾ ਕਰ ਜਦੋਂ ਰਿਸ਼ਤਾ ਕਰ ਲਿਆ ਵਿਆਹ 'ਚ ਤਾਂ ਨਹੀਂ ਆਇਆ ਕਹੂਗਾ ਵੀ ਨਾ ਉਹ ਕੰਮ ਲਈਏ ਕੋਈ ਗੱਲ ਨਹੀਂ ਐਡਾ ਹੀ ਪੱਥਰ ਦਿਲ ਨਹੀਂ ਹੈਗਾ ਗਾ ਉਹ ਹਾਂ ਦੀਦੀ ਆਹ ਤੇਰੀ ਸਿਆਣੀ ਗੱਲ ਆ ਸਹੀ ਗੱਲ ਆ ਜੀ ਅਸੀਂ ਵਿਆਹ ਕਰ ਲਿਆ ਕੀ ਪਤਾ ਉਹਦੇ ਨਾ ਬੋਲੇ ਹਨਾ ਸਾਨੂੰ ਕੁਛ ਵੀ ਨਾ ਕਹੇ ਲਾ ਮੈਂ ਪਹਿਲੀ ਸੋਚਣ ਲੱਗ ਗਈ ਕੋਈ ਤੂੰ ਤਾਂ ਬਾਹਲਾ ਕੁਛ ਸੋਚਦੀ ਐ ਇਹ ਜਿਹਾ ਕੁਛ ਨਾ ਸੋਚਿਆ ਕਰ ਕੋਈ ਗੱਲ ਨਹੀਂ ਵਿਆਹ 'ਚ ਤਾਂ ਸੱਦੂ ਗਈ ਨਾ ਰਿਸ਼ਤਾ ਦਿਖਾਉਣ ਵੇਲੇ ਸੱਦੂ ਵਿਆਹ 'ਚ ਸੱਦੂ ਚਿੰਤਾ ਨਾ ਕਰ ਤੂੰ ਕੋਈ ਨਹੀਂ ਕੁੜੀ ਦੀ ਚਿੰਤਾ ਨਾ ਕਰ ਕੁੜੀ ਆਪਣੀ ਆਪਦੀ ਹੈਗੀ ਆਪਾਂ ਦੇਖ ਕੇ ਰਿਸ਼ਤਾ ਕਰਾਂਗੇ ਤੇਰੇ ਵੀਰੇ ਨਾਲ ਆਏ ਨਾਲ ਮੈਂ ਗੱਲ ਕਰੂੰਗੀ ਕੋਈ ਗੱਲ ਨਹੀਂ ਹੁਣ ਮੈਨੂੰ ਹੀ ਪਤਾ ਲੱਗ ਜੂਗਾ ਅੱਜ ਜਾਂ ਅੱਥਨੇ ਜਾਂ ਤੜਕੇ ਜਾਂ ਮੈਨੂੰ ਤਾਂ ਉਹਨੇ ਦੱਸ ਹੀ ਦੇਣਾ ਕੱਲ ਨੂੰ ਵੀ ਕੌਣ ਆਉਂਦਾ ਕੌਣ ਨਾ ਮੈਂ ਤੇਰੇ ਕੋਲ ਉਹਦੀ ਗੱਲ ਕਰਕੇ ਜਾਂ ਹੁਣ ਮੈਂ ਜਾਣੀ ਆ ਠੀਕ ਆ ਕੋਈ ਗੱਲ ਨਹੀਂ ਜਿਹੜਾ ਕੋਈ ਰਿਸ਼ਤਾ ਕਰਾਊਗਾ ਪਤਾ ਲੱਗ ਜੂਗਾ ਘਰੇ ਆਉਣਗੇ ਫਿਰ ਮੈਨੂੰ ਦੱਸੀ ਕੋਈ ਤੇਰਾ ਵੀਰਾ ਉਹਦੇ ਨਾਲ ਆਪੀ ਗੱਲ ਕਰੇਗਾ ਚੰਗਾ ਹੋਰ ਵਰਿੰਦਰ ਦਾ ਫੋਨ ਫਾਨ ਵਧੀਆ ਆ ਜਾਂਦਾ ਹੋਸਟਲ 'ਚ ਵਧੀਆ ਪੜੀ ਜਾਂਦਾ ਹਾਂ ਉਹ ਤਾਂ ਪੜੀ ਜਾਂਦਾ ਕ ਵਧੀਆ ਅੱਛਾ ਅੱਛਾ ਚੱਲ ਵਧੀਆ ਨਾ ਬਸ ਦੀਦੀ ਮੈਂ ਤਾਂ ਜਾਣੀ ਆ ਹੁਣ ਆਏ ਹੁੰਦਾ ਨਾ ਕਾਲਜ ਵਾਲੇ ਮੁੰਡੇ ਘਰੇ ਸਾਡੇ ਜਵਾਕ ਵੀ ਉਹਨੂੰ ਵਰਿੰਦਰ ਵਰਿੰਦਰ ਕਹਿ ਦਿੰਦੇ ਮੈਨੂੰ ਆਏ ਹੁੰਦਾ ਕਾਹਨੂੰ ਆਗੂ ਕਹਿਣਾ ਗਾ ਵੱਡਾ ਹੋ ਗਿਆ ਹੁਣ ਸਿਆਣਾ ਹੋ ਗਿਆ ਸਹੀ ਗੱਲ ਆ ਹਾਂ ਚੱਲ ਕੋਈ ਨਹੀਂ ਆਗੂ ਕਹਤਾ ਵਰਿੰਦਰ ਕਹਤਾ ਤੇਰਾ ਪੁੱਤਾ ਕੁਛ ਮਰਜ਼ੀ ਕਹਿ ਲਾ ਚੱਲ ਚੰਗਾ ਦੀਦੀ ਮੈਂ ਜਾਣੀ ਆ ਚੰਗਾ 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 ਫਿਰ ਆ ਜਾਊਗਾ ਕਲੀਸ ਗੱਲ ਤਾਂ ਇਹਦੀ ਵੀ ਸਹੀ ਹੈ ਵਿਚਾਰੀ ਕੀ ਕਰੇ ਰੋਂਦੀ ਫਿਰਦੀ ਰਹਿੰਦੀ ਹੈਗੀ ਪਤਾ ਨਹੀਂ ਡੰਗਰ ਜੇ ਦੇ ਦਿਮਾਗ 'ਚ ਕੀ ਹੈਗੀ ਵੀ ਕੁੜੀ ਦਾ ਰਿਸ਼ਤਾ ਤਾਂ ਤੂੰ ਚੱਜ ਦੇ ਥਾਂ ਕਰਦੇ ਤਾਂ ਚੰਗਾ ਆ ਜਾ ਬਈ ਘਰੇ ਹੀ ਆ
मुंडा पढ़िया लिखा बहुत वधिया मुंडा सरकारी नौकरी लगी हुई है 5 किले जमीन दे आउंदे आ 1 रुपए दा बैल नहीं नशा पत्ता जमा नहीं करता वो गल तां ठीक है भाई तेरी पर मैं ये कहंदा सी एक बारी मुंडा निगाह थानी कढ आउंदे कल नूं जाके चलो कोई गल नहीं देख आया मुंडा घर वार बहुत वधिया मैं उहनां नूं फोन कर दांगा चल कोई ना भाई मैं पहला घर देख के आऊंगा मुंडा देख के आऊंगा फिर आपां करांगे कुड़ी दा रिश्ता ठीक है कोई गल नहीं भाई चंगा भाई मैं चलदा कल नूं आपां चलांगे ओ चाह दी घुट पी जांदे भाई चाह तां आपां कल नूं पीवांगे बाबे नानक दी कृपा नाल रिश्ता हो जाए चल ठीक है भाई ठीक है भाई हां जी ਤੁਸੀਂ ਚਲੋ ਰਿਸ਼ਤੇ ਵਾਸਤੇ ਵਧੀਆ ਗੱਲ ਕਰਤੀ ਮੁੰਡਾ ਵੀ ਮੈਨੂੰ ਗੱਲਾਂ ਗੱਲਾਂ 'ਚ ਸਾਰਾ ਕੁਝ ਵਧੀਆ ਲੱਗਿਆ ਤੇ ਫਿਰ ਹੁਣ 22000 ਰੁਪਏ ਨੂੰ ਦੱਸਿਆ ਤੂੰ ਆਪਾਂ ਉਹਨਾਂ ਵੀ ਢਾਣੀ ਜਾਂਦੇ ਲੈ ਓਕੇ 22000 ਰੁਪਏ ਦੱਸਿਆ ਕਿਉਂ ਦੱਸ ਕੇ ਆਵਾਂ ਕੁੜੀ ਮੇਰੀ ਜਿੱਥੇ ਮੇਰੇ ਦਿਲ ਤੋਂ ਮੈਂ ਰਿਸ਼ਤਾ ਕਰਨਾ ਤੈਨੂੰ ਪਹਿਲਾਂ ਵੀ ਸਮਝਾਇਆ ਵਾਰੀ ਵਾਰੀ ਉਹੀ ਗੱਲਾਂ ਪੁੱਛੀ ਜਾਂਦੀ ਮੈਥੋਂ ਆਕੇ ਓਕੇ ਕੁੜੀ ਤੇਰੀ ਮੈਂ ਕਦੋਂ ਕਹਿੰਦੀ ਆ ਵੀ ਕੁੜੀ ਉਹਨਾਂ ਦੀ ਉਹ ਵੀ ਤਾਇਆ ਉਹਦਾ ਵੀ ਹੱਕ ਆ ਕੋਈ ਗਾਹ ਉਹਦੀ ਤਾਈ ਇੰਨਾ ਹੱਕ ਜਤਾਉਂਦੀ ਸੀ ਹੁਣ ਤੱਕ ਨਾਲ ਲੈ ਕੇ ਜਾਂਦਾ ਸੀ ਆਗੂ ਉਹਨਾਂ ਨੂੰ ਕਾਲਜ 'ਚ ਉਹ ਸਾਰੇ ਖਰਚ ਭੁੱਲ ਗਿਆ ਤੂੰ ਭਾਈ ਭੈਣ ਵਾਲੇ ਉਹਨਾਂ ਦਾ ਕੋਈ ਹੱਕ ਨਹੀਂ ਹੈਗਾ ਮੇਰਾ ਹੱਕ ਆ ਮੈਂ ਕਰਨਾ ਮੈਂ ਜਾ ਕੇ ਦੇਖ ਆਉਂਗਾ ਜੇ ਤੂੰ ਜਾਣਾ ਚੱਲ ਵੀ ਨਹੀਂ ਤੂੰ ਵੀ ਨਾ ਜਾਈ ਇਕੱਲਾ ਹੀ ਕਰ ਜੂ ਮੈਂ ਕੱਲਾ ਜਾਈ ਇਹ ਕੋਈ ਗਾਂ ਮੱਝਾ ਵੀ ਇਹ ਅਗਲੇ ਦੇ ਕਿੱਲੇ ਤੇ ਬੰਨਿਆ ਆਏਗਾ ਵੱਡੇ ਵਡੇਰੇ ਜਾਣਗੇ ਕੋਈ ਦੇਖ ਕੇ ਆਉਣਗੇ 100 ਗੱਲ ਹੁੰਦੀ ਹੈ ਸਿਆਣਿਆਂ ਦੀ ਵੀ ਕੀ ਦੇਖਣਾ ਕੀ ਨਾ ਦੇਖਣਾ ਕੱਲਾ ਵੱਡੇ ਵਡੇਰੇ ਨੂੰ ਮੈਨੂੰ ਦੁਨੀਆਦਾਰੀ ਦਾ ਪਤਾ ਨਹੀਂ ਹੈਗਾ ਮਾਪੀ ਦੇਖ ਕੇ ਕਰ ਦੂੰਗਾ ਜਾ ਕੇ ਆਹੋ ਦੁਨੀਆਦਾਰੀ ਦਾ ਬਾਲਾ ਪਤਾ ਜਿਹੇ 3 ਕਿੱਲੇ ਵੇਚ ਕੇ ਖਾ ਗਿਆ 2 ਰਹਿ ਗਏ ਉਹ ਜੇ ਤੈਨੂੰ ਦੁਨੀਆਦਾਰੀ ਦਾ ਪਤਾ ਹੈਗਾ ਮੁੰਡਿਆ ਗੱਲ ਸੁਣ ਆਉਣਾ ਡੈਡੀ ਹਾਂ ਬਾਜਾ ਮਾਰੀ ਤੇ ਸੁਣਦਾ ਨਹੀਂ ਹੈਗਾ ਤੈਨੂੰ ਪਹਿਲੀ ਵਾਰ ਚ ਤਾਂ ਆ ਗਿਆ ਉਹ ਮੇਰੀ ਗੱਲ ਸੁਣ ਕਾਲਜ ਨਾ ਜਾਈ ਅੱਜ ਕਿਉਂ ਕਿਉਂਕਿ ਗੌਰੀ ਨੂੰ ਦੇਖਣ ਵਾਲੇ ਲਾਉਣਾ ਘਰੇ ਰਹੀ 100 ਕੰਮ ਹੁੰਦੇ ਆ ਮੈਂ ਕੀ ਕਰੂੰਗਾ ਉਹਨੂੰ ਦੇਖ ਕੇ ਵਗ ਜਾਣਗੇ ਉਹ ਤੂੰ ਬਾਲੇ ਜਵਾਬ ਜੇ ਨਾ ਦੇ ਮੈਨੂੰ ਤੇ ਘਰੇ ਰਹੀ ਠੀਕ ਆ ਨਾਲ ਤੇਰੀ ਮਾਂ ਕੀ ਕਰਦੀ ਉਹਨੂੰ ਭੇਜ ਉਹ ਭਾਂਡੇ ਧੋਈ ਜਾਂਦੀ ਆ ਭੇਜ ਦਿੰਦਾ ਜਾ ਭੇਜ ਫਿਰ ਉਹਨੂੰ ਹੋ ਗਈ ਤਿਆਰ ਤੂੰ ਤਿਆਰ ਹੀ ਆ ਮੈਂ ਦੱਸ ਕੁੜੀ ਨੂੰ ਦੇਖਣ ਆਉਣਾ ਮੈਨੂੰ ਥੋੜੀ ਦੇਖਣ ਆਉਣਾ ਮੈਂ ਸੁਣ ਇੱਕ ਗੱਲ ਕਹਿੰਦੀ ਸੀ ਹਾਂ ਦੱਸ ਮੈਂ ਤਾਂ ਆਏ ਕਹਿੰਦੀ ਸੀ ਅੱਜ ਤਾਂ 22000 ਰੁਪਏ ਇੱਧਰ ਬੁਲਾਈ ਲੈਨੇ ਆ ਉਹ 22000 ਰੁਪਏ ਤੋਂ ਕੀ ਕਰਾਉਣਾ ਉਹਨਾਂ ਤੋਂ ਕੀ ਕਰਾਉਣਾ ਮੈਂ ਕਦੋਂ ਕਹਿੰਦੀ ਆ ਵੀ ਕੁਝ ਕਰਾਉਣਾ ਹੈਗਾ ਸਿਆਣੇ ਘਰੇ ਚੰਗੀ ਲੱਗਦੇ ਆ ਠੀਕ ਆ ਨਾ ਉਹਦੇ ਦੇ ਉਹਦੇ ਆਪਾਂ ਆਪ ਮਹਾਰੇ ਹੋ ਕੇ ਮੁੰਡਾ ਦੇਖਿਆ ਘਰ ਬਾਤ ਦੇਖਿਆ ਸਾਰਾ ਕੁਝ ਪੱਕਾ ਕਰਕੇ ਆ ਗਏ ਵੀ ਹਾਂ ਤੁਸੀਂ ਕੁੜੀ ਦੇਖਣ ਆ ਗਏ ਕੋਈ ਗੱਲ ਨਹੀਂ ਉਹ ਵੱਡੇ ਆ ਜੇ ਬੁਲਾ ਲਾਂਗੇ ਆਪਣਾ ਆਦਰ ਮਾਣ ਹੀ ਵੱਧਦਾ ਇਸ 'ਚ ਉਹ ਬਸ ਹੋਏ ਵੀ ਆਦਰ ਮਾਣ ਮੇਰੀ ਗੱਲ ਤਾਂ ਸੁਣੋ ਜੀ ਮੈਂ ਆਏ ਕਹਿੰਦੀ ਆ ਵੀ ਅਗਲਾ ਕਹੂਗਾ ਵੀ ਆਪ ਮਹਾਰੀ ਇਹਦੀ ਮਾਂ ਉਹੋ ਜਿਹਾ ਪਿਓ ਉਹੋ ਜਿਹੀ ਕੁੜੀ ਹੋਊਗੀ ਵੀ ਉਹੋ ਜਿਹਾ ਵਰਤੂਗੀ ਕਹਾ ਜੇ ਉਹ ਹੋਣਗੇ ਆਪਣਾ ਭਰੇਪਾ ਦੇਖ ਕੇ ਅਗਲਾ ਕਹੂਗਾ ਇਹਨਾਂ ਤਾਂ ਬਾਲਾ ਭਰੇਪਾ ਗਾ ਸਿਆਣੀ ਗੱਲ ਹੈ ਇਹ ਤੇਰੇ ਹੀ ਮਾਣ ਵੱਧਦਾ ਇਹ 'ਚ ਮੇਰਾ ਕੁਛ ਨਹੀਂ ਗਾ ਆਹ ਗੱਲ ਤਾਂ ਮੈਂ ਸੋਚੀ ਨਹੀਂ ਸੀ ਤੇ ਫਿਰ ਸੋਚਿਆ ਕਰੋ ਚੱਲ ਮੇਰੀ ਗੱਲ ਸੁਣ ਤੂੰ ਉਹਨਾਂ ਦੇ ਘਰੇ ਜਾ ਕੇ ਕਿਹਾ ਬੁਲਾ ਲਾ ਉਹਨਾਂ ਨੂੰ ਪਰ ਬਾਲੀ ਲੀਡਰੀ ਨਾ ਘੋਟਣ ਇੱਥੇ ਕਰੂੰਗਾ ਤਾਂ ਮੈਂ ਹੀ ਜਿਹੜਾ ਮੇਰਾ ਦਿਲ ਕਰੂਗਾ ਚੱਲ ਕੋਈ ਗੱਲ ਨਹੀਂ ਕੇਰਾ ਤੁਸੀਂ ਬਾਈ ਦੀ ਹਾਂ ਜੀ ਚ ਹਾਂ ਕਹੀ ਜਾਇਓ ਮੈਂ ਉਹਨਾਂ ਨੂੰ ਕਿਹਾ ਹੋਣੀ ਆ ਜਾਣਗੇ ਸੱਚੀ ਉਹ ਕਿਹੜਾ ਬਗਾਨੇ ਆਗੇ ਕਿਹਾ ਮੈਂ ਹੁਣੀ ਜਾ ਕੇ ਜਾ ਕੇ ਆ ਠੀਕ ਹੈ ਜਾਨੀ ਆ ਹੈਲੋ ਹਾਂ ਪਹੁੰਚ ਗਿਆ ਅਗੂ ਕੋਲੇ ਚੱਲ ਵਧੀਆ ਹੋ ਗਿਆ ਹਾਂ ਹਾਂ ਅੱਛਾ ਠੀਕ ਹੈ ਗੱਲ ਹੀ ਕਰਾ ਲੈ ਮੇਰੀ ਅਗੂ ਨਾਲ ਠੀਕ ਹੈ ਹਾਂ ਪੁੱਤ ਸਤਿ ਸ੍ਰੀ ਅਕਾਲ ਹੋਰ ਕਿਵੇਂ ਠੀਕ ਹੈ हाँ वो तो मैं भी ठीक हाँ जी चल मैं तो कहती सी देख ली सारा समान पाता सी हूं मैं ठीक है नाले गल सुन जे पैसे पूसे की लोड़ हुई हूं ही मंग ली तेरे डैडी तो भैनी करी हाँ हाँ करी अच्छा हाँ पुत आगू चल ठीक है पुत चंगा हाँ तेरी चाची आई सी चंगा फिर कर दी गल चंगा ठीक ठीक है वधिया गा हाँ हाँ वधिया गा अज आई इहदा डैडी गया सी उहदे कोले आगू कोले ते उहनूं समान जिहा फड़ाउणा सी फोन करी जांदा सी कहिंदा मम्मी मैनूं समान भेज खाण पीण दा समान मकाई बैठा सी नहीं तां ते नाले फिर मैं पंजीरी जीर ला के भेजी आ महां चल जवाक खा लूगा चल इह तां वधिया कीता ते फिर बाई तां अज हथां तक नहीं आउंदा हैना फिर हाँ फिर तां इहनूं की कम सी कोई मैनूं कम सुखण वाला वधिया सी अज अपनी गौरी नूं देखण आउणा लै नहीं बड़ाई खुशी होई चल वधिया हो गया चल कोई नहीं फिर आ जाणगे देखण तां ਤੇ ਹੋਰ ਮੈਨੂੰ ਹਰਦੀਪ ਨੇ ਆਪ ਭੇਜਿਆ ਕਹਿੰਦਾ ਜਾ ਭਾਬੀ ਨੂੰ ਤੇ ਬਾਈ ਨੂੰ ਕਿਹਾ ਉਹ ਵੀ ਇੱਧਰ ਆ ਜਾਣਗੇ ਤੇ ਕਹਿੰਦਾ ਕੱਠ ਚ ਕੱਠੀ ਚੰਗਾ ਹੁੰਦਾ ਮੈਂ ਤਾਂ ਬਾਲੀ ਖੁਸ਼ੀ ਹੋਈ ਮੋਚਲ ਆਉਂਦੇ ਮੂੰਹ ਨਾਲ ਕਹੀ ਦਿੱਤਾ ਬੁਲਾ ਲਿਆ ਹੁੰਦਾ ਚੱਲ ਭਾਈ ਆ ਤਾਂ ਬਾਲੀ ਖੁਸ਼ੀ ਵਾਲੀ ਗੱਲ ਹੈ ਗੱਲ ਕਰ ਹੁਣ ਫਿਰ ਤੇਰਾ ਵੀਰਾ ਤਾਂ ਹੈ ਨਹੀਂਗਾ ਕਰੀ ਉਹ ਤਾਂ ਹੁਣ ਆਗੂ ਕੋਲੇ ਤੈਨੂੰ ਪਤਾ ਏਡੀ ਦੂਰ ਚੰਡੀਗੜ੍ਹ ਗਿਆ ਗਾ ਕਿੱਥੋਂ ਨਾਥਨ ਤੱਕ ਆਊਗਾ ਮਸਾਂ
चल कोई गल नहीं, तू केड़ा वीरे नाल घटा सानू, तू ही आ जा। मैं तां कहनी आ जा मेरे नाल, कम धंधा तां मैं सारा करी बैठी। चल कोई नहीं, मैं तां आ जानी आ। चल वधिया गल आ, मैं तां उदों तू मैनूं दस्सिया सीगा वी चल भाई सारा कुछ बाला सोहणा गा घर बार। मैं तां आप रब अगे अरदास करदी आ साडी गौरी दा भाई वधिया घरे रिश्ता हो जाए पक्का। मैनूं तां आप वाली खुशी आ, क्योंकि तू तां कदे मेरे जवाकां नूं बगाने समझे नहीं, ते अज तां मेरे मुंह दी गल इहने आप ही कहती। हरदीप ने वी जा बुला लिया। चल कोई नहीं, बड़े बगाने की अपने आप दे जवाक। चल जल्दी आ लै फिर, होर चल आ जा तैयारी करके जा के। लो जी दोनों परिवार बैठे आ, जिहड़ी गलबात करनी है कर लो, कल नूं मैनूं लांबा ना दिओ। लै भाई लांबे वाली तां कीड़ी गल आ, लांबा तां तैनूं ही देवांगे, फिर भी असीं धी वाले आ, डर तां लगदा ही है। लै भैण जी लांबा फिर ही आऊ, जे कोई उन्नी की गल होऊगी। हैं साडे घर च कहिड़ा कोई ज्यादा लंबा चढ़ा हुआ, असीं तां छोटा जिहा परिवार आ, ते साडे च इह रल मिल के कट्टूगी टाइम, असीं कट्टांगे। चलो जी इही चाहुणे आगे, तुहानूं पता धी वालिआं नूं फिकर तां हुंदी हैगी। नाले देखो भाई साहब, कुड़ी साडे पसंद है, ਜਦੋਂ ਮਰਜ਼ੀ ਵਿਆਹ ਕਢਵਾ ਲਓ, ਸਾਨੂੰ ਉਹਦੀ ਮਨਜ਼ੂਰ ਹੈ। ਉਹ ਗੱਲ ਤਾਂ ਤੁਹਾਡੀ ਸਹੀ ਹੈ ਭੈਣ ਜੀ, ਪਰ ਫਿਰ ਵੀ ਤੁਹਾਡੀ ਕੋਈ ਮੰਗ ਆ ਅੱਜ ਦੱਸ ਦਿਓ ਸਾਨੂੰ। ਲੈ ਜਿਹਨੇ ਧੀ ਦਿੱਤੀ ਭਾਈ ਉਹਨੇ ਕੀ ਰੱਖਿਆ ਹੈ, ਸਾਡੀ ਮੰਗ ਕੋਈ ਨਹੀਂ, ਬਾਕੀ ਤਾਂ ਤੁਸੀਂ ਦੇਖ ਲਓ। ਜੇ ਕੋਈ ਪੜ੍ਹਿਆ ਲਿਖਿਆ ਮੇਰਾ ਮੁੰਡਾ ਬੈਂਕ ਦੀ ਨੌਕਰੀ 'ਤੇ ਲੱਗਿਆ ਹੋਇਆ, 5 ਕਿੱਲੇ ਜ਼ਮੀਨ ਦੇ ਆਉਂਦੇ ਨੇ, ਤੁਸੀਂ ਕਿਹੜਾ ਕੁਛ ਲੁਕੋ ਕੇ ਰੱਖਣਾ? ਨਾਲੇ ਧੀ ਤੋਂ ਕੋਈ ਵੀ ਨਹੀਂ ਕੁਛ ਲੁਕੋ ਕੇ ਰੱਖਦਾ ਹੁੰਦਾ। ਇਹ ਤਾਂ ਗੱਲ ਮੰਗ ਸਾਡੀ ਕੋਈ ਨਹੀਂ। ਕੋਈ ਗੱਲ ਨਹੀਂ ਜੀ, ਲੁਕੋ ਕੇ ਤਾਂ ਅਸੀਂ ਆਪਦੀ ਧੀ ਤੋਂ ਕੁਛ ਵੀ ਨਹੀਂ ਰੱਖਦੇ, ਤੁਹਾਨੂੰ ਪਤਾ ਜਿੰਨਾ ਧੀ ਵਾਲਿਆਂ ਤੋਂ ਹੁੰਦਾ ਵੱਧੋ ਵੱਧ ਕਰਦੇ ਨੇ। ਬਾਕੀ ਇੱਕ ਗੱਲ ਮੈਂ ਐਂ ਕਹਿੰਦੀ ਸੀ ਜੀ, ਮਾੜਾ ਜਿਹਾ ਤੁਸੀਂ ਮੁੰਡੇ ਨੂੰ ਪੁੱਛ ਲੈਂਦੇ ਵੀ ਭਾਈ ਕਿਵੇਂ ਕੁੜੀ ਪਸੰਦ ਹੈਗੀ। ਕੋਈ ਗੱਲ ਨਹੀਂ ਜੀ, ਪੁੱਛ ਲੈਂਦੇ, ਮੁੰਡਾ ਸਾਥੋਂ ਬਾਹਰ ਨਹੀਂ ਹੈਗਾ। ਹਾਂ ਕਾਕਾ ਜੀ, ਹੁਣ ਦੇਖ ਲਓ, ਦੇਖੋ ਕੱਲ੍ਹ ਨੂੰ ਕੋਈ ਉੱਨੀ ਨਿੱਕੀ ਗੱਲ ਦੇਣੀ ਆ ਜਾਂਦੀ ਹੈਗੀ ਵੀ, ਹੁਣ ਦੇਖ ਲਓ ਵੀ ਅਸਾਂ ਆਪਸ ਵਿੱਚ ਦੋਵੇਂ ਜਾਣੇ ਗੱਲ ਕਰ ਲਓ। ਦੱਸ ਦੇ ਪੁੱਤ, ਤੇਰੀ ਕੋਈ ਅੰਦਰ ਕੋਈ ਗੱਲ ਕੋਈ ਰਾਏ ਵਾਲੀ ਹੁੰਦੀ ਹੈ? ਨਹੀਂ ਨਹੀਂ ਜੀ, ਜਿਵੇਂ ਬੀਬੀ ਨੂੰ ਠੀਕ ਲੱਗਦਾ ਵਾ ਠੀਕ ਆ। ਚੱਲ ਸ਼ੁਕਰ ਹੈ ਵਾਹਿਗੁਰੂ ਦਾ, ਫਿਰ ਤਾਂ ਭਾਈ ਇਹੋ ਜਿਹੇ ਮੁੰਡੇ ਅੱਜ ਕੱਲ੍ਹ ਕਿੱਥੇ ਮਿਲਦੇ ਨੇਗੇ ਜਿਹੜੇ ਆਪਦੇ ਮਾਂ ਪਿਓ ਤੇ ਗੱਲਾਂ ਛੱਡਣ। ਸਾਡੀ ਕੁੜੀ ਵੱਲੋਂ ਵੀ ਜੀ ਤੁਹਾਨੂੰ ਕੋਈ ਲਾਂਭਾ ਨਹੀਂ ਆਉਂਦਾ, ਸਾਡੀ ਕੁੜੀ ਸੁੱਖਣਾ ਬਥੇਰੀ ਸਿਆਣੀ ਹੈਗੀ। ਬਸ ਇਹੀ ਹੈ ਜੀ, ਦੇਖੋ ਰਿਸ਼ਤੇ ਨਾਤੇ ਜੁੜਦੇ ਨੇ, ਵਰਤਣ ਵਾਸਤੇ ਜੁੜਦੇ ਨੇ, ਠੀਕ ਹੈ। ਪਰਿਵਾਰ ਇੱਕ ਹੋ ਕੇ ਰਹੇ ਤਾਂ ਜ਼ਿੰਦਗੀ 'ਚ ਕਦੇ ਕੋਈ ਦੁੱਖ ਹੀ ਨਹੀਂ ਆਉਂਦਾ। ਸਹੀ ਗੱਲ ਆ ਜੀ, ਅਸੀਂ ਤਾਂ ਭਾਈ ਵਧੀਆ ਇੱਕ ਹੋ ਕੇ ਰਹਿਣੇ ਹਾਂਗੇ, ਇਹ ਤਾਂ ਸਾਰਾ ਦਿਨ ਤਾਈ ਤਾਈ ਕਰਦੀ ਫਿਰਦੀ ਰਹਿੰਦੀ ਹੈ। ਦੋਵੇਂ ਅਸੀਂ ਪਾ ਦੇਖ, ਦੋ ਭਰਾ ਨੇ, ਅੱਜ ਇਹਦੇ ਤਾਇਆ ਜੀ ਨੂੰ ਕੰਮ ਸੀਗਾ, ਉਹ ਮੁੰਡਾ ਹੋਸਟਲ 'ਚ ਪੜ੍ਹਦਾ ਤੁਹਾਨੂੰ ਪਤਾ, ਉੱਥੇ ਉਹਦਾ ਸਮਾਨ ਸਮੂਨ ਫੜਾਉਣ ਗਿਆ ਸੀਗਾ। ਕੋਈ ਗੱਲ ਨਹੀਂ ਜੀ, ਕੋਈ ਗੱਲ ਨਹੀਂ, ਕਈ ਵਾਰੀ ਬਾਹਰ ਹੁੰਦਾ ਕੰਮ ਪਈ ਜਾਂਦੇ ਆ। ਗੋਰੀ ਕਰਾਲਾ ਨਾਲੇ ਵਿੱਚ ਜੋ ਦੋ ਪੈਸੇ ਵੱਧ ਕਢਾ ਲਿਆ ਕਰਾਂਗੇ। ਸਹੀ ਗੱਲ ਆ, ਚੰਗਾ ਐ ਨਹੀਂ ਕਹਿੰਦੇ ਹੁੰਦੇ ਕੰਮ ਲਿਆ ਤੇ। ਚਲੋ ਠੀਕ ਆ ਪੁੱਤ, ਚਲੋ ਚੱਲੀ ਆ। ਚਲੋ ਚਲੋ ਚੰਗਾ ਜੀ, ਬਹਿ ਜਾਂਦੇ ਆ ਜੀ। ਠੀਕ ਹੈ ਜੀ, ਬਸ ਜੀ ਬਹੁਤ ਹੋ ਗਿਆ, ਇੰਨਾ ਟਾਈਮ ਲੱਗ ਗਿਆ ਸਾਨੂੰ ਹੁਣ। ਠੀਕ ਹੈ ਜੀ, ਹੋਰ ਜ਼ਿਆਦਾ ਤਾਂ ਫਿਰ ਆਪਾਂ ਨੂੰ ਤੁਹਾਨੂੰ ਪਤਾ ਆਉਣ ਜਾਣ ਤੇ ਜਦੋਂ ਰਿਸ਼ਤੇਦਾਰੀ ਬਣ ਗਈ। ਸਹੀ ਗੱਲ ਹੈ, ਸਿਆਣੀ ਗੱਲ ਹੈ। ਚਲੋ ਛੇਤੀ ਕੋਸ਼ਿਸ਼ ਕਰਾਂਗੇ ਜੀ ਵਿਆਹ ਕਢਾਉਣ ਦੀ। ਹਾਂ ਠੀਕ ਹੈ, ਚੰਗਾ ਕਾਕਾ ਜੀ। ਅੰਦਰ ਤੂੰ ਕਹਿ ਤਾਂ ਆਈ ਵੀ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਮੇਰੇ ਯਾਰਾਂ ਦੋਸਤਾਂ 'ਚ ਮੇਰੀ ਬੇਇੱਜ਼ਤੀ ਨਾ ਕਰਵਾ ਦੀ, ਸਾਰੇ ਯਾਰਾਂ ਦੋਸਤਾਂ ਨੂੰ ਗੱਡੀਆਂ ਦਿੱਤੀਆਂ ਨੇ, ਮੈਨੂੰ ਗੱਡੀ ਵੱਡੀ ਚਾਹੀਦੀ ਆ। ਬੇ ਪੁੱਤ ਤੂੰ ਗੱਲਾਂ ਕਿਹੜੀਆਂ ਕਰਦਾ, ਤੇਰਾ ਮੰਗਣਾ ਤਾਂ ਹੋ ਜਾਣ ਡੇ, ਤੂੰ ਤੇਲ ਦੇਖ, ਤੇਲ ਦੀ ਧਾਰ ਦੇਖ, ਨਾਲੇ ਸੀਬੋ ਨੇ ਕੱਚੀਆਂ ਹੋ ਜਾਣੀ ਖੇਡੀਆਂ ਹੋਈਆਂ। ਬਸ ਠੀਕ ਆ, ਤੈਨੂੰ ਨਵੀਂ ਗੱਡੀ 'ਚ ਬਿਠਾਉ ਪੁਰਾਣੀ 'ਚੋਂ ਕੱਢ ਕੇ। ਹਾਂ ਬਸ ਠੀਕ ਆ ਠੀਕ ਆ, ਆਹੀ ਉਮੀਦ ਆ ਮਾਤਾ ਮੈਨੂੰ ਤੇਰੇ ਤੋਂ, ਬੈਠ ਕੇ ਚੱਲ ਚੱਲ ਚੱਲੀਏ। ਕਿਵੇਂ ਲੱਗੇ ਬੰਦੇ ਫਿਰ? ਉਹ ਬੰਦੇ ਤਾਂ ਮੈਨੂੰ ਵਧੀਆ ਲੱਗੇ ਭਾਈ, ਚੱਲ ਮੈਨੂੰ ਵੀ ਐਂ ਆਪਣੀ ਜਵਾਕੜੀ ਦਾ ਰਿਸ਼ਤਾ ਹੋ ਜਾਏ, ਹੈ ਨਾ। ਅਤੇ ਬਾਕੀ ਭਾਈ ਦੇਖੋ ਹਾਂ ਕਰਕੇ ਕਹਿੰਦੇ ਆ ਕਿ ਵਿਆਹ ਕਦੋਂ ਮਰਜ਼ੀ ਕਢਾ ਕੇ ਦੇ ਦਿਓ, ਥੋੜ੍ਹਾ ਜਿਹਾ ਮੈਨੂੰ ਐਂ ਜ਼ਰੂਰ ਲੱਗਿਆ ਵੀ ਜਿਵੇਂ ਬੁੜੀ ਚੱਕਵੀਂ ਹੁੰਦੀ ਆ। ਐਂ ਦੋ ਗੱਲਾਂ ਕਰੇ ਤੋਂ ਕਿੱਥੇ ਪਤਾ ਲੱਗਦਾ ਹੈ, ਬੰਦੇ ਨੂੰ ਪਰਖਣਾ ਪੈਂਦਾ, ਐਂ ਨਹੀਂ ਹੁੰਦੀ ਗੱਲਾਂ, ਬੰਦਾ ਦੇਖੇ ਤੋਂ ਪਤਾ ਲੱਗਦਾ ਵੀ ਕਿਹੋ ਜਿਹਾ ਹੁੰਦਾ। ਉਹ ਵੀ ਗੱਲ ਤੁਹਾਡੀ ਠੀਕ ਆ। ਚੱਲ ਬਾਹਲੀ ਗੱਲ ਤਾਂ ਇਹ ਹੈਗੀ ਆਪਾਂ ਨੂੰ ਤਾਂ ਚੰਗੀ ਵੀ, ਚੱਲ ਮੁੰਡਾ ਲੱਗਿਆ ਹੋਇਆ, 5 ਕਿੱਲੇ ਜ਼ਮੀਨ ਦੇ, ਅਤੇ ਇੱਕ ਗੱਲ ਮੈਨੂੰ ਬਾਹਲੀ ਚੰਗੀ ਲੱਗੀ ਉਹਨਾਂ ਦੀ, ਮੰਗ ਉਹਨਾਂ ਨੇ ਠਿਆਨੀ ਨੇ ਨਹੀਂ ਮੰਗੀ। ਚੱਲ ਇਹ ਤਾਂ ਬਾਹਲੀ ਚੰਗੀ ਗੱਲ ਹੈ। ਹਾਂ ਉਹ ਤਾਂ ਇਹ ਕਹਿੰਦੀ ਸੀ ਉਹਦੀ ਸੱਸ ਗੌਰੀ ਦੀ, ਕਹਿੰਦੀ ਭਾਈ ਧੀ ਤੋਂ ਅਗਲਾ ਕੌਣ ਲੁਕੋ ਕੇ ਰੱਖਦਾ, ਜਿਹੜਾ ਕੁਛ ਦੇ ਦੋਗੇ ਸਾਨੂੰ ਤਾਂ ਉਹੀ ਮਨਜ਼ੂਰ ਆ, ਕਹਿੰਦੀ ਨਾਲੇ ਮਾਂ ਪੁੱਤ ਨੇ ਲੰਬ ਚਿੜਾ ਨਹੀਂ ਕੋਈ। ਚੱਲ ਫਿਰ ਵਧੀਆ ਗੱਲ ਹੈ, ਇਹੋ ਜਿਹੇ ਬੰਦੇ ਕਿੱਥੇ ਮਿਲਦੇ ਨੇ ਅੱਜ ਕੱਲ੍ਹ। ਸਹੀ ਗੱਲ ਆ, ਚੱਲ ਕੋਈ ਤਾਂ ਆਪਣੇ ਵਾਲਾ ਕਮਲਾ ਜਾਂ ਚਾਚੇ ਦਾ ਕੰਮ ਕਰ ਗਿਆ। ਹਾਂ ਵੀ ਕੁੜੀ ਦਾ ਰਿਸ਼ਤਾ ਤਾਂ ਵਧੀਆ ਘਰੇ ਹੋ ਜੇ, ਚੱਲ ਜਿਹੜੇ ਇਹਨਾਂ ਦਾ ਤਾਂ ਹੈਗਾ ਦੇਖੀ ਜਾਓ, ਜਵਾਕੜੀ ਸੌਖੀ ਰਹੇ। ਸਹੀ ਗੱਲ ਹੈ, ਹਾਂ ਜਵਾਕ ਸੌਖਾ ਹੋਣਾ ਚਾਹੀਦਾ। ਚੱਲ ਮੇਰੀ ਗੱਲ ਸੁਣ, ਮੈਂ ਦੇਖਦਾ ਉੱਧਰ ਕੰਮ ਕੁੰਮ ਕੀ ਹੈਗਾ, ਅਤੇ ਤੂੰ ਬੈਠ, ਜੇ ਕੋਈ ਕੰਮ ਕਰਨਾ ਤਾਂ ਕੋਈ ਕਰ ਲਾ ਆਪਦਾ। ਚੰਗਾ ਚੰਗਾ ਠੀਕ ਆ, ਕੋਈ ਨਹੀਂ ਬਸ ਕਰਦੀ ਕੰਮ। ਲੈ ਕਿਵੇਂ ਆ ਤਾਈ? ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੁੱਤ, ਬਹਿ ਜਾ ਬਹਿ ਜਾ, ਕੋਈ ਨਹੀਂ ਤੇਰੇ ਕੋਲ ਹੀ ਆਈ ਹਾਂ ਮੈਂ ਤਾਂ। ਗੌਰੀ ਮੈਨੂੰ ਐਂ ਦੱਸ ਪੁੱਤ, ਮੁੰਡਾ ਤਾਂ ਤੈਨੂੰ ਪਸੰਦ ਆ ਨਾ? ਹਾਂ ਤਾਈ, ਮੁੰਡਾ ਮੇਰੇ ਪਸੰਦ ਆ, ਨਾਲੇ ਤੁਸੀਂ ਕਿਹੜਾ ਮੇਰਾ ਮਾੜਾ ਕੀਤਾ ਹੋ।
हाँ ये तो गल हैगी पुत माड़ा तो धी पुत का कौन करता हों चल वधिया आई है भी तू सौखी रहे वधिया नौकरी ते लग्या मुंडा तैनू पता चल जिहे जिहा तेरा प्यो हैगा सी गाह आया भी उहे जिहा कोई टक्कर जी दारू पी नाले दा औखा हो जांदा पुत नहीं नहीं ताई मैनू मुंडा पसंद है चल वधिया चंगी गल है नहीं सुरखी तो पूंजी हुंदी ओ सुरखी मैं चल कोई गल नहीं सोहनी लगती है मैं ही कहता सी मैं चल फिरती रहन सही गल है मां वर्गी है शकीनन चल ना पूंज सोहनी लगती है गी नहीं भैने मां दियां की पुछदी आ मेरे तो कबीलदारी ने रोलतियां शकीनियां मैं तो सारा पिंड झांजरा ही कहंदा सी जदों ब्याह सही गल है भाई और पुत मैं तो भी ला के सामतियां सही गल है भी कि शराबी ना ले जे बेच के मेरे झांजरा दी पुआ लिया के पी ले सच्ची गल सही गल है चल कोई नहीं एडा भी माड़ा नहीं मेरा दियोर भी तेरिया झांजरा बेचू तेरिया झांजरा पिछे तो उन्हें बथेरा क्लेश पाया सी मेरे नाल कहना तू झांजरा लिया लिया के दे झांजरा नहीं तेरिया बेचदियां मर नहीं मर जूगा सही गल है नहीं दीदी जो ओह दुबारा हरदीप बन जाए ना मेरी तो जिंदगी सुधर जे अज तो मैंने बाले ही चंगा लगे जो आप दोनों परिवार कट्ठे सी चल कोई गल नहीं परिवार कट्ठे नु तो की है तैनू पता लोगों दिया गलों च आ जाता हों बंदा होर तो की है तेनों पता पाड़न वाले तो भी मिलते कट्ठे करने वाला कोई हों चल की पता अपने घर अपना प्रौहना कोई चज का पैर पावे तो आप सारा टब्बर कट्ठे हो जाइए सही गल है मेरे तो जवाई देना पैर ही चंगा सी जिहड़ा आप अज इन्ने आने बहाने कट्ठे हो गए सही गल हाँ नाले हुण नहीं बोलिया देख इहनू आउण नहीं दिंदा हुंदा गौरी नूं साडे घरे ना ना ऐ तो असं कह के आई हाँ मैं उधर असं गेड़ा मारे आईए फिर बोलूगा सच जाने दीदी दाल रोटी का टाइम हो गया हाँ चल पुत नाले मेरी गल सुन देख सारा कुछ तेन परिवार वधिया मिल गया देख आपा पता नहीं ताई भतीजी तेन पता टाइम घट लगता तू भी आपकी पढ़ाई पढ़ुई च बिजी हूं लांबा ना पुत कोई दवाई तेरे प्यो नूं जंगा नहीं मेरे वालों कोई लांबा नहीं होर कोई गल नहीं बस आपके घरे वधिया रही हुंदा एडा सोहना परिवार मिल गया देख लगे हुए मुंडे किहड़ा किते धरे पए ने नाले होर देख तेरे नाल कोई गल नहीं की आपकी माँ ते छड्डती सारी गल लांबनी चिड़ा नहीं दो जाने जवाकड़ी तो सौखे करे जाओ गाजरां कट्टी जानी की गजरेला बनाउणा कानू गजरेला बनाउणा कल नू तड़के फिर डंग लै जूगा होर हुण आलू पालांगे ओ तड़के तक तां बेहियां हो जाणगे दस बठल भर के चीर लिया ਕਾਣੂ ਬੇਹੀਆਂ ਹੁੰਦੀਆਂ ਤੁਸੀਂ ਵੀ ਬਸ ਰਹਿਣ ਦਿਆ ਕਰੋ ਕੱਲ ਨੂੰ ਮਟਰ ਪਾ ਲਾਂਗੇ ਕਹੀ ਤਾਂ ਜਾਂਦੀ ਆ ਅੱਜ ਆਲੂ ਗਾਜਰਾਂ ਬਣਾ ਲੈਨੇ ਆ ਉਹ ਚੱਲ ਕਰੀ ਚੱਲ ਜਿਵੇਂ ਮੈਂ ਸੱਚ ਗੱਲ ਕਹਿੰਦੀ ਸੀ ਤੁਹਾਨੂੰ ਹਾਂ ਬੋਲ ਮੁੜ ਕੇ ਵਿਚੋਲੇ ਨੇ ਗੇੜੇ ਹੀ ਨਹੀਂ ਮਾਰਿਆ ਵਿਆਹ 'ਚ ਦਿਨ ਵੀ ਕਿਹੜੇ ਰਹਿ ਗਏ ਆਇਆ ਵੀ ਨਹੀਂ ਕਦੇ ਵਿਚੋਲੇ ਅੱਲਾ ਤਾਇਆ ਤੁਰਿਆ ਹੀ ਆਉਂਦਾ ਹਾਂ ਉਹ ਕੀ ਬਣਾਈ ਜਾਂਦੇ ਹੋ ਭਾਈ ਉਹ ਕੁਛ ਨਹੀਂ ਤਾਇਆ ਬਸ ਬੈਠੇ ਸੀ ਹੋਰ ਤੁਸੀਂ ਦੱਸੋ ਜਾਏ ਹਾਂ ਹਾਂ ਜਾਏ ਉਹ ਤੂੰ ਤਾਂ ਮਾਗ ਗਈ ਜਵਾਕ ਆ ਗਿਆ ਵਿਆਹ ਦੇ ਆਇਆ चलो वधिया पर गल यार बस की कहां सुन मैं उही जवाकां वाली गल करती की गल जवाकां वाली की गल होगी ताया ओ भाई जवाकां वाली गल तो ऐ हुंदी है कि भी हुण ओ आपदी गल ते नहीं रही हैं समझ नहीं ताया कुछ मैं समझाउंदा तां भाई मैं तैनूं ओ पंज हुण छापां मंगदे ना दो फुफड़ां दीआं तीन मामियां दीआं आ फुफड़ मामे किधरों जम पे ताया पहलां तां उहनां ने कोई गल नहीं कीती इही तां गल दुख है भी साडे वाले ने गल कच्ची रखी उदों ਤਾਈਓ ਹੁਣ ਆਪ ਨਹੀਂ ਆਇਆ ਹੁਣ ਮੈਨੂੰ ਕਹਿੰਦਾ ਤੂੰ ਵਗ ਜਾ ਬਾਪੂ ਤਾਇਆ ਤੇਰੀ ਗੱਲ ਤਾਂ ਠੀਕ ਆ ਪਰ ਸਾਡੀ ਜਾਣ ਨੂੰ ਤਾਂ ਸਿਆਪਾ ਕਰਤਾ ਨਾ ਹੁਣ ਆ 10 ਦਿਨਾਂ 'ਚ ਅਸੀਂ ਪੈਸਿਆਂ ਦਾ ਇੰਤਜ਼ਾਮ ਕਿੱਥੋਂ ਕਰਾਂਗੇ ਆਹੀ ਤਾਂ ਸਿਆਪਾ ਗੱਲ ਦਾ ਹੁਣ ਜਿਹੜਾ ਕੋਈ ਕਰ ਲਿਆ ਮਾੜਾ ਮੋਟਾ ਇੰਨਾ ਕਿਤੇ ਕਰਨਾ ਹੀ ਪਊਗਾ ਜੋ ਆਪਾਂ ਕੁੜੀ ਮੰਗੀ ਬੈਠੇ ਹਾਂ ਉਹ ਤਾਇਆ ਜੋ ਸ਼ਾਂਪਾ ਮੰਗੀ ਜਾਂਦੇ ਕੱਲ੍ਹ ਨੂੰ ਕੁਛ ਹੋਰ ਮੰਗਣਗੇ ਮੈਂ ਤਾਂ ਰਿਸ਼ਤਾ ਹੀ ਨਹੀਂ ਕਰਦਾ ਜਵਾਬ ਹੈ ਮੇਰਾ ਉਹ ਨਾ ਪੁੱਤਾਂ ਇਹ ਰਿਸ਼ਤੇ ਨੂੰ ਜਵਾਬ ਦਿੱਤਾ ਜਾਂਦਾ ਹੁੰਦਾ ਸਾਰੇ ਪਿੰਡ 'ਚ ਤਾਂ ਆਪਣੇ ਪਤਾ ਲੱਗ ਗਿਆ ਵੀ ਕੁੜੀ ਮੰਗੀ ਆ ਵਿਆਹ ਕਿਹੜਾ ਛੱਡਿਆ ਸਾਰੇ ਉੱਧਰ ਪਤਾ ਲੱਗ ਗਿਆ ਸਕੀਰੀਆਂ 'ਚ ਪਤਾ ਲੱਗ ਗਿਆ ਇਹ ਗੱਲ ਕਿਵੇਂ ਬਣੂਗੀ ਹੁਣ ਧੀਆਂ ਨੂੰ ਤਾਂ ਝੱਲਣਾ ਪੈਂਦਾ ਹੁੰਦਾ ਉਹ ਤਾਇਆ ਫਿਰ ਐਂ ਤਾਂ ਨਹੀਂ ਹੁੰਦਾ ਵੀ ਮੌਕੇ 'ਤੇ ਹੁਣ ਸਰੋਂ ਹਰੀ ਕਿੱਥੋਂ ਕਰਦੀ ਹੈ ਦੱਸ ਕੋਈ ਨਹੀਂ ਪੁੱਤ ਆਪਦੀ ਸਕੀਮ ਕਰੋ ਰਾਏ ਕਰੋ ਕੋਈ ਗੱਲ ਨਹੀਂ ਹੁੰਦੀ ਐਂ ਨਹੀਂ ਹੁਣ ਆਪਾਂ ਨੂੰ ਕਿਚਿਆਈ ਆਊ ਇਸ ਗੱਲ ਦੀ ਕੁੱਤੇ ਕੁੱਤੇ ਕਰੂਗਾ ਪਿੰਡ ਚੱਲ ਕੋਈ ਨਾ ਜੀ ਤੁਸੀਂ ਵੀ ਠੰਡ ਰੱਖੋ ਕੋਈ ਨਾ ਤਾਇਆ ਜੀ ਅਸੀਂ ਰਾਏ ਕਰਕੇ ਤੁਹਾਨੂੰ ਦੱਸ ਦਾਂਗੇ ਹਾਂ ਬੇਟਾ ਰਾਏ ਕਰ ਲਓ ਪੁੱਤ ਕੋਈ ਗੱਲ ਨਹੀਂ ਹੁੰਦੀ ਮੈਂ ਉਹਨਾਂ ਚਿਰ ਉਹਨਾਂ ਨੂੰ ਹੁਣ ਕੋਈ ਫੋਨ ਫਾਨ ਨਹੀਂ ਕਰਦਾ ਹਾਂ ਤਾਇਆ ਜੀ ਕੋਈ ਗੱਲ ਨਹੀਂ ਸਿਆਣੀ ਗੱਲ ਆ ਤੁਹਾਡੀ ਦੱਸ ਦਾਂਗੇ ਅਸੀਂ ਆਪ ਹੀ ਆ ਜਾਾਂਗੇ ਜਾਂ ਇਹ ਆ ਜਾਣਗੇ ਤੁਹਾਡੇ ਹਾਂ ਕੋਈ ਨਹੀਂ ਤੜਕੇ ਨੂੰ ਮੈਨੂੰ ਦੱਸਣ ਠੀਕ ਹੈ ਕੋਈ ਨਾ ਤਾਇਆ ਜ਼ਰੂਰ ਦੱਸ ਦਾਂਗੇ ਕੁਛ ਨਹੀਂ ਹੁੰਦਾ ਹੁੰਦਾ ਹੁਣ ਐ ਨਾ ਕਰ ਦਿਲ ਛੋਟਾ ਚੱਲ ਕੋਈ ਨਾ ਤਾਇਆ ਦੱਸ ਦਿਆਂ ਤੁਹਾਨੂੰ ਮੈਨੂੰ ਤਾਂ ਆਪ ਫਿਕਰ ਜਿਹਾ ਪੈ ਗਿਆ ਜੀ ਆਹ ਕੀ ਗੱਲ ਹੋ ਗਈ ਹੁਣ ਆ ਕੇ ਪੰਜ ਸਾਪਾਂ ਮੰਗ ਲਈਆਂ ਕੱਲ੍ਹ ਨੂੰ ਹੋਰ ਨਾ ਕੋਈ ਸਿਆਪਾ ਕਰ ਦੇਣ ਕੋਈ ਵੱਡੀ ਚੀਜ਼ ਨਾ ਮੰਗ ਲੈਣ ਕਿੱਥੋਂ ਦੇ ਦਾਂਗੇ ਆਪਾਂ ਉਹੀ ਤਾਂ ਗੱਲ ਆ ਉੱਧੇ ਤਾਂ ਬੁੜੀ ਬੜਾ ਸਮਾਰ ਸਮਾਰ ਕੇ ਬੋਲਦੀ ਸਾਨੂੰ ਕੁਛ ਨਹੀਂ ਚਾਹੀਦਾ ਇਹ ਉਹ ਹੈ ਅੱਜ ਡਿਮਾਂਡਾਂ ਵੀ ਰੱਖ ਕੇ ਬਹਿ ਗਏ ਚੱਲ ਕੋਈ ਗੱਲ ਨਹੀਂ ਜੇ ਧੀ ਵਸਾਉਣੀ ਹੈ ਸਾਰਾ ਕੁਛ ਕਰਨਾ ਵੀ ਪਊਗਾ ਹੁਣ
तो तुम दिल ना छोटा करो, आप करते हैं बाई को चलते हैं राज कोई हिले ना वसीला निकलिया हों वो सियाने उमें गल कर लैन गए आप उन्होंने गल कर लें जाके भी आह गल होगी वो बाई को मैं नहीं जाता है ओके मैं नहीं जाता है हूँ ब्याह च भी आने गए मसा मनाया मैं तेन काट दे हूँ तू आए जे कर लग गया ना कुछ नहीं होंगे हूँ धी का प्यो तू ढैला पै जा थोड़ा घना ठीक है ना वो फिर भी बड़ा तेना तू छोटा गा जे बाई को मैं भाग गया ना मेरी बेइज्जती हो जूगी ओए नहीं बेइज्जती होंगी नहीं बेइज्जती होंगी वह बगाना नहीं है फिर भी तेरा बड़ा भाई है मैं तो कहनी चल आके धरूंगी दाल दूल आ जा बाई को जाके ही पहला चल जे तू बाड़ा कहनी चल दे फिर बाड़े नु की है धी अपनी आ जा हाँ जी दोस्तों सत श्री अकाल हुणे हुणे तुसीं साडी वीडियो देख के हटे हो वीडियो किहो जी लगी अपने विचार कमेंटा दे विच जरूर दस्या करो जिहड़े दोस्तां ने अजे तक चैनल सबसक्राइब नहीं किया वो चैनल नूं जरूर सबसक्राइब कर लियो नाल दित्ती बैल जरूर दबा लिया करो तां जो तुहाडे कोल साडियां नवीं नवीं वीडियो की नोटिफिकेशन पहुँच सके वीडियो वधिया लगदी हुंदी है तां अपने दोस्तां दे विच शेयर जरूर कर दिया करो धन्नवाद दोस्तों सत श्री अकाल।